अमृतसर दे तहसीलपुरा इलाके दे विच देर रात कुछ नौजवानां दे वल्लों इलाके विच हमला कीता गया पर इलाके वासियां दे वल्लों दोवें नौजवानां नूं काबू कर लिता गया। मौके ते पहुंची पुलिस ने सारे मामले दी जांच कीती है ते इलाका वासियां ने दोवें नौजवानां नूं पुलिस दे हवाले कर दिता है। दोवें नौजवानों तो पुछगिछ की जा रही है ते पुलिस अगे दी कारवाई कर रही है। मेरा नाम गंगा जी। हाँ जी। सैनपुरे चौंक रेंजर कोठी शाम जी मल 75/13 की होया जी सारा? ए गए जी सामने बाजार रानी बाजार गए जी समान लैन खान पीन वाला। ये गए जी तो उत्थे इन्हां दे मुंडे हत्थी पै गए जी खाण पीने कहिंदे चूड़े बरादरी साढ़े महल च की करन आई है किन्नी वारी अही चूड़े चूड़े कहिंदे जी ते फिर इन्हां दे हत्थी पए इन्हां नूं कुट्टिया वा। फिर दो चार मुंडे साड़ी गली दे गए कि चलो उन्होंने कहने कि तुहानू क्यों मारिया रोंदा रोंदा वो आया घर इन्नी गल तो उन्होंने पस्तौलना तो बाकी मुंडिया का तुम हाल देखो कि उन्होंने किया जे मार मार के गोलियां पस्तौलों चलाइया डाले उन्होंने सब कुछ चलाया जे ये वेखो खाली हाथ है जे इन्हों को पस्तौलों गोलियां वाले लगन दे जे जड़े गोलियां माता जी वो कहें भी ये साढ़े उत्थे कुड़ियां नूं छेड़दे आ ते अज आके ਤੁਹਾਡੇ ਬੱਚਿਆਂ ਨੇ ਉੱਥੇ ਗੋਲੀਆਂ ਚਲਾਈਆਂ ਵਾ ਬੋਤਲਾਂ ਚਲਾਈਆਂ ਵਾ ਕੱਚ ਖਿਲ ਰਿਹਾ ਮੁਹੱਲੇ 'ਚ। ਕੋਈ ਨਹੀਂ ਭਾਅ ਜੀ ਸਾਰਾ ਕੁਛ ਉਹਨਾਂ ਨੇ ਆਪਣੇ ਕੋਲੋਂ ਕੀਤਾ ਜੀ ਤੁਸੀਂ ਤਿੰਨ ਬੰਦੇ ਉਹਨਾਂ ਨੇ ਫੱਟਰ ਕੀਤੇ ਦੇਖ ਲਿਆ ਜੀ ਤੁਸੀਂ ਉਹਨਾਂ ਦਾ ਕੀ ਹਾਲ ਕੀਤਾ ਇੱਕ ਦਾ ਹੱਥ ਵੱਢ ਦਿੱਤਾ ਜੀ ਇੱਕ ਦਾ ਕੰਨ ਪਾੜ ਦਿੱਤਾ ਜੀ ਕੀ ਆ ਉਹਨਾਂ ਦਾ ਬੱਚਿਆਂ ਦਾ ਹਾਲ ਕਰਤਾ ਉਹਨਾਂ ਨੇ ਤਿੰਨ ਮੁੰਡਿਆਂ ਦਾ ਉਹ ਤੇਰੇ ਨਾਲ ਹੈਗੇ ਵੀ ਨਹੀਂ ਉਹਨਾਂ ਨੇ ਤੈਨੂੰ ਜਾਇਜ਼ ਹੋ ਗਈ ਹੈ ਨਾ ਬਹੁਤ ਸਾਨੂੰ ਇਨਸਾਫ ਚਾਹੀਦਾ ਸਾਹਮਣੇ ਵਿਆਹ ਨਾਲ ਸਾਡੀ ਬਰਾਦਰੀ ਨੂੰ ਚੂੜੇ ਚੂੜੇ ਕਹਿੰਦੇ ਜੇ ਹਰ ਵਾਰੀ ਜਦੋਂ ਸਾਡੀ ਬਰਾਦਰੀ ਦਾ ਬੱਚਾ ਕੋਈ ਉੱਧਰ ਦੇ ਮਹੱਲੇ ਸਮਾਨ ਲੈਣ ਜਾਂਦਾ ਜੇ ਆਹੀ ਚੂੜੇ ਕਹਿੰਦੇ ਜੇ ਪਰ ਉਹਨਾਂ ਨੇ ਜਿਹੜਾ ਇਲਜ਼ਾਮ ਲਾਇਆ ਵਾ ਉਹ ਤੇ ਉਹਨਾਂ ਨੇ ਆਪਣਾ ਬੱਚਾ ਖਤਰ ਕਰਨ ਲਾਣਾ ਹੀ ਆ ਪਸਤੌਲਾਂ ਲੈਣ ਵਾਲੇ ਜੇ ਡਾਲੇ ਚਲਾਉਣ ਵਾਲੇ ਜੇ ਠੀਕ ਹੈ ਆ ਤੁਸੀਂ ਦੇਖੋ ਹੈਗੇ ਇਹਨਾਂ ਕੋਲ ਡਾਲੇ ਪਸਤੌਲਾਂ ਕਿਹੜਾ ਮਹੱਲਾ ਤੇ ਕੀ ਹੋਇਆ ਸਾਰਾ ਸ਼ਰੀਪੁਰੇ ਵਿੱਚ ਹਾਂਜੀ ਇਹ ਕਿੰਨੇ 50 ਕੁ ਮੁੰਡੇ ਆਏ ਹੋਣੇ ਆ ਹਾਂਜੀ ਇਹ ਗੋਲੀਆਂ ਵੀ ਚਲਾਈਆਂ ਨਾਲ ਕਾਰ ਵੀ ਭੰਨ ਗਏ ਟੈਂਪੂ ਵੀ ਭੰਨ ਗਏ ਨੇ ਅਤੇ ਬੋਤਲਾਂ ਬੜੀਆਂ ਚਲਾਈਆਂ ਨੇ ਹੁਣ ਕੀ ਮੰਗ ਕਰਦੇ ਮੰਗ ਇਹੋ ਹੀ ਇਨਸਾਫ ਹੋਵੇ ਹੋਰ ਕੀ ਕਿਹੜੀ ਗਲੀ ਕਿਹੜਾ ਮਹੱਲਾ ਪੈਂਦਾ ਜਿੱਥੇ ਆ ਦੋ ਬੰਦੇ ਬੜੇ ਗਲੀ 5 ਨੰਬਰ ਗਲੀ ਹੈਗੀ ਆ ਤਹਿਸੀਲਪੁਰਾ ਅਤੇ ਵਿੱਕੀ ਦਾ ਟੈਲੀਫੋਨ ਆਇਆ ਸੀ ਕਿ ਕੋਈ ਬੰਦੇ ਜਿਹੜੇ ਆ ਬੋਤਲਾਂ ਚਲਾ ਰਹੇ ਨੇ ਮੇਰੇ ਘਰ ਦੇ ਬਾਹਰ ਅਤੇ ਮੌਕੇ ਦੇ ਉੱਪਰ ਆਏ ਨੇ ਦੋ ਬੰਦੇ ਇਹਨਾਂ ਨੇ ਫੜੇ ਉਹਨਾਂ ਨੂੰ ਚੌਂਕੀ ਲੈ ਕੇ ਚੱਲੇ ਆ ਜੋ ਕਾਨੂੰਨੀ ਕਾਰਵਾਈ ਕੀ ਹੋਏਗੀ ਉਹ ਕਰਦੇ ਆ ਆਪਾਂ ਵੇਖ ਸਾਰੀ ਤਫਤੀਸ਼ ਕਰਕੇ ਕੀ ਗੱਲਬਾਤ ਹੋਈ। ਅੰਮ੍ਰਿਤਸਰ ਦੇ ਤਹਿਸੀਲਪੁਰਾ ਇਲਾਕੇ ਦੇ ਵਿੱਚ ਦੇਰ ਰਾਤ ਕੁਝ ਨੌਜਵਾਨਾਂ ਦੇ ਵੱਲੋਂ ਇਲਾਕੇ ਵਿੱਚ ਹਮਲਾ ਕੀਤਾ ਗਿਆ ਪਰ ਇਲਾਕੇ ਵਾਸੀਆਂ ਦੇ ਵੱਲੋਂ ਦੋਵੇਂ ਨੌਜਵਾਨਾਂ ਨੂੰ ਕਾਬੂ ਕਰ ਲਿੱਤਾ ਗਿਆ। ਮੌਕੇ ਤੇ ਪਹੁੰਚੀ ਪੁਲਿਸ ਨੇ ਸਾਰੇ ਮਾਮਲੇ ਦੀ ਜਾਂਚ ਕੀਤੀ ਹੈ ਤੇ ਇਲਾਕਾ ਵਾਸੀਆਂ ਨੇ ਦੋਵੇਂ ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਦੋਵੇਂ ਨੌਜਵਾਨਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਪੁਲਿਸ ਅੱਗੇ ਦੀ ਕਾਰਵਾਈ ਕਰ ਰਹੀ ਹੈ। ਮੇਰਾ ਨਾਮ ਗੰਗਾ ਜੀ। ਹਾਂਜੀ। ਸੈਨਪੁਰੇ ਚੌਂਕ ਰਹਿੰਦੇ ਸੀ ਕੋਠੀ ਸ਼ਾਮ ਜੀ ਮਲ 75/13 ਕੀ ਹੋਇਆ ਜੀ ਸਾਰਾ? ਇਹ ਗਏ ਜੀ ਸਾਹਮਣੇ ਬਾਜ਼ਾਰ ਰਾਣੀ ਬਾਜ਼ਾਰ ਗਏ ਜੀ ਸਮਾਨ ਲੈਣ ਖਾਣ ਪੀਣ ਵਾਲਾ। ਇਹ ਗਏ ਜੀ ਤੇ ਉੱਥੇ ਇਹਨਾਂ ਦੇ ਮੁੰਡੇ ਹੱਥੀ ਪੈ ਗਏ ਜੀ ਖਾਣ ਪੀਣੇ ਕਹਿੰਦੇ ਚੂੜੇ ਬਰਾਦਰੀ ਸਾਡੇ ਮਹੱਲੇ 'ਚ ਕੀ ਕਰਨ ਆਈ ਹੈ ਕਿੰਨੀ ਵਾਰੀ ਅਸੀਂ ਚੂੜੇ ਚੂੜੇ ਕਹਿੰਦੇ ਜੀ ਤੇ ਫਿਰ ਇਹਨਾਂ ਦੇ ਹੱਥੀ ਪਏ ਇਹਨਾਂ ਨੂੰ ਕੁੱਟਿਆ ਵਾ। ਫਿਰ ਦੋ ਚਾਰ ਮੁੰਡੇ ਸਾਡੀ ਗਲੀ ਦੇ ਗਏ ਕਿ ਚਲੋ ਉਹਨਾਂ ਨੂੰ ਕਹਿੰਦੇ ਕਿ ਤੁਹਾਨੂੰ ਕਿਉਂ ਮਾਰਿਆ ਰੋਂਦਾ ਰੋਂਦਾ ਉਹ ਆਇਆ ਘਰ ਇੰਨੀ ਗੱਲ ਤਾਂ ਉਹਨਾਂ ਨੇ ਪਸਤੌਲਾਂ ਅਤੇ ਬਾਕੀ ਮੁੰਡਿਆਂ ਦਾ ਤੁਸੀਂ ਹਾਲ ਦੇਖਿਓ ਕੀ ਉਹਨਾਂ ਨੇ ਕੀਤਾ ਜੇ ਮਾਰ ਮਾਰ ਕੇ ਗੋਲੀਆਂ ਪਸਤੌਲਾਂ ਚਲਾਈਆਂ ਡਾਲੇ ਉਹਨਾਂ ਨੇ ਸਭ ਕੁਛ ਚਲਾਇਆ ਜੀ ਇਹ ਵੇਖੋ ਖਾਲੀ ਹੱਥ ਹੈਗੇ ਜੇ ਇਹਨਾਂ ਕੋਲ ਪਸਤੌਲਾਂ ਗੋਲੀਆਂ ਵਾਲੇ ਲੱਗਣ ਦੇ ਜੇ ਜਿਹੜੇ ਗੋਲੀਆਂ ਮਾਤਾ ਜੀ ਉਹ ਕਹਿੰਦੇ ਵੀ ਇਹ ਸਾਡੇ ਉੱਥੇ ਕੁੜੀਆਂ ਨੂੰ ਛੇੜਦੇ ਆ ਅਤੇ ਅੱਜ ਆ ਕੇ ਤੁਹਾਡੇ ਬੱਚਿਆਂ ਨੇ ਉੱਥੇ ਗੋਲੀਆਂ ਚਲਾਈਆਂ ਵਾ ਬੋਤਲਾਂ ਚਲਾਈਆਂ ਵਾ ਕੱਚ ਖਿਲ ਰਿਹਾ ਮੁਹੱਲੇ 'ਚ। ਕੋਈ ਨਹੀਂ ਭਾਅ ਜੀ ਸਾਰਾ ਕੁਛ ਉਹਨਾਂ ਨੇ ਆਪਣੇ ਕੋਲੋਂ ਕੀਤਾ ਜੀ ਤੁਸੀਂ ਤਿੰਨ ਬੰਦੇ ਉਹਨਾਂ ਨੇ ਫੱਟਰ ਕੀਤੇ ਦੇਖ ਲਿਆ ਜੀ ਤੁਸੀਂ ਉਹਨਾਂ ਦਾ ਕੀ ਹਾਲ ਕੀਤਾ ਇੱਕ ਦਾ ਹੱਥ ਵੱਢ ਦਿੱਤਾ ਜੀ ਇੱਕ ਦਾ ਕੰਨ ਪਾੜ ਦਿੱਤਾ ਜੀ ਕੀ ਆ ਉਹਨਾਂ ਦਾ ਬੱਚਿਆਂ ਦਾ ਹਾਲ ਕਰਤਾ ਉਹਨਾਂ ਨੇ ਤਿੰਨ ਮੁੰਡਿਆਂ ਦਾ ਉਹ ਤੇਰੇ ਨਾਲ ਹੈਗੇ ਵੀ ਨਹੀਂ ਉਹਨਾਂ ਨੇ ਤੈਨੂੰ ਜਾਇਜ਼ ਹੋ ਗਈ ਹੈ ਨਾ ਬਹੁਤ ਸਾਨੂੰ ਇਨਸਾਫ ਚਾਹੀਦਾ ਸਾਹਮਣੇ ਵਿਆਹ ਨਾਲ ਸਾਡੀ ਬਰਾਦਰੀ ਨੂੰ ਚੂੜੇ ਚੂੜੇ ਕਹਿੰਦੇ ਜੇ ਹਰ ਵਾਰੀ ਜਦੋਂ ਸਾਡੀ ਬਰਾਦਰੀ ਦਾ ਬੱਚਾ ਕੋਈ ਉੱਧਰ ਦੇ ਮਹੱਲੇ ਸਮਾਨ ਲੈਣ ਜਾਂਦਾ ਜੇ ਆਹੀ ਚੂੜੇ ਕਹਿੰਦੇ ਜੇ ਪਰ ਉਹਨਾਂ ਨੇ ਜਿਹੜਾ ਇਲਜ਼ਾਮ ਲਾਇਆ ਵਾ ਉਹ ਤੇ ਉਹਨਾਂ ਨੇ ਆਪਣਾ ਬੱਚਾ ਖਤਰ ਕਰਨ ਲਾਣਾ ਹੀ ਆ ਪਸਤੌਲਾਂ ਲੈਣ ਵਾਲੇ ਜੇ ਡਾਲੇ ਚਲਾਉਣ ਵਾਲੇ ਜੇ ਠੀਕ ਹੈ ਆ ਤੁਸੀਂ ਦੇਖੋ ਹੈਗੇ ਇਹਨਾਂ ਕੋਲ ਡਾਲੇ ਪਸਤੌਲਾਂ ਕਿਹੜਾ ਮਹੱਲਾ ਤੇ ਕੀ ਹੋਇਆ ਸਾਰਾ ਸ਼ਰੀਪੁਰੇ ਵਿੱਚ ਹਾਂਜੀ ਇਹ ਕਿੰਨੇ 50 ਕੁ ਮੁੰਡੇ ਆਏ ਹੋਣੇ ਆ ਹਾਂਜੀ ਇਹ ਗੋਲੀਆਂ ਵੀ ਚਲਾਈਆਂ ਨਾਲ ਕਾਰ ਵੀ ਭੰਨ ਗਏ ਟੈਂਪੂ ਵੀ ਭੰਨ ਗਏ ਨੇ ਅਤੇ ਬੋਤਲਾਂ ਬੜੀਆਂ ਚਲਾਈਆਂ ਨੇ ਹੁਣ ਕੀ ਮੰਗ ਕਰਦੇ ਮੰਗ ਇਹੋ ਹੀ ਇਨਸਾਫ ਹੋਵੇ ਹੋਰ ਕੀ ਕਿਹੜੀ ਗਲੀ ਕਿਹੜਾ ਮਹੱਲਾ ਪੈਂਦਾ ਜਿੱਥੇ ਆ ਦੋ ਬੰਦੇ ਬੜੇ
ਗਲੀ 5 ਨੰਬਰ ਗਲੀ ਹੈਗੀ ਆ ਤਹਿਸੀਲਪੁਰਾ ਹਾਂਜੀ ਤੇ ਵਿੱਕੀ ਦਾ ਟੈਲੀਫੋਨ ਆਇਆ ਸੀ ਕਿ ਕੋਈ ਬੰਦੇ ਜਿਹੜੇ ਆ ਬੋਤਲਾਂ ਚਲਾ ਰਹੇ ਨੇ ਮੇਰੇ ਘਰ ਦੇ ਬਾਹਰ ਤੇ ਮੌਕੇ ਦੇ ਉੱਪਰ ਆਏ ਨੇ ਦੋ ਬੰਦੇ ਇਹਨਾਂ ਨੇ ਫੜੇ ਉਹਨਾਂ ਨੂੰ ਚੌਂਕੀ ਲੈ ਕੇ ਚੱਲਿਆ ਜੋ ਕਾਨੂੰਨੀ ਕਾਰਵਾਈ ਕੀ ਹੋਏਗੀ ਉਹ ਕਰਦੇ ਆਪਾਂ ਵੇਖ ਕੇ ਸਾਰੀ ਤਫਤੀਸ਼ ਕਰਕੇ ਕੀ ਗੱਲਬਾਤ ਹੋਈ।